Thank you.
ਕਿ ਉਹਨਾਂ ਦੀ ਯਾਦ 'ਚ ਲਾਉਣਾ। ਬਾਕੀ ਦਾਤਾਬੰਦੀ ਛੋੜ ਦਿਵਸ 'ਤੇ ਥੋੜ੍ਹਾ ਜਿਹਾ ਲੋਕਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਅਵੇਅਰਨੈਸ ਹੋਏ ਕਿ ਖੂਨ ਦੇਣਾ ਹੈ, ਤੁਹਾਡਾ ਜਿਹੜਾ ਖੂਨ ਹੈ ਜਿਹੜਾ ਤੁਸੀਂ ਦਿੰਦੇ ਹੋ ਤੁਹਾਨੂੰ ਕੋਈ ਇਹਦੇ ਨਾਲ ਨੁਕਸਾਨ ਨਹੀਂ ਹੈ, ਲੇਕਿਨ ਤੁਹਾਡੀ ਇੱਕ ਬੋਤਲ ਖੂਨ ਨਾਲ ਬਹੁਤ ਲੋਕਾਂ ਦਾ ਫਾਇਦਾ ਹੈਗਾ। ਜਿਹੜਾ ਅਵੇਅਰਨੈਸ ਨੂੰ ਥੋੜ੍ਹਾ ਅਸੀਂ ਕਰਦੇ ਹਾਂ, ਹਰ ਸਾਲ ਕਰਦੇ ਹਾਂ, ਇੱਥੇ ਸਾਡੇ ਕੋਈ 100 ਤੋਂ 150 ਯੂਨਿਟ ਅਸੀਂ ਹਰ ਸਾਲ ਇਕੱਠੇ ਕਰਦੇ ਹਾਂ, ਜਿਹੜੇ ਕਿ ਸਾਲ ਭਰ ਸਾਡੇ ਆਸ ਪਾਸ ਦੇ ਜਿਹੜੇ ਪਿੰਡਾਂ 'ਚ ਲੋਕ ਨੇ ਉਹਨਾਂ ਦੇ ਕੰਮ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਕੈਂਪ ਲਗਾਇਆ ਹੈ। ਇਹ ਕੈਂਪ ਲਗਾਉਣ ਦਾ ਤੁਹਾਡਾ ਕੀ ਉਦੇਸ਼ ਹੈ? ਇੱਕ ਤਾਂ ਮੈਂ ਆਪਣੇ ਫਾਦਰ ਸਾਹਿਬ ਗਿਆਨੀ ਇੰਦਰ ਸਿੰਘ ਜੀ, ਸਵਰਗੀ ਗਿਆਨੀ ਇੰਦਰ ਸਿੰਘ ਜੀ ਦੀ ਯਾਦ 'ਚ ਲਾਉਣਾ। ਦੂਜਾ ਦਾਤਾ ਬੰਦੀ ਛੋੜ ਦਿਵਸ 'ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਜਿਹੜੇ ਆਸ ਪਾਸ ਦੇ ਆਪਣੇ ਬੱਚੇ ਹੈਗੇ ਉਹਨਾਂ ਨੂੰ ਬਲੱਡ ਡੋਨੇਸ਼ਨ ਦੀ ਅਵੇਅਰਨੈਸ ਪਤਾ ਲੱਗੇ ਕਿ ਤੁਹਾਡਾ ਜਿਹੜਾ ਖੂਨ ਤੁਸੀਂ ਦੇ ਰਹੇ ਹੋ ਉਹ ਕਿੰਨਾ ਕੰਮ ਆਉਂਦਾ ਹੈ, ਕਿੰਨੇ ਮਰੀਜ਼ਾਂ ਦੇ ਕੰਮ ਆਉਂਦਾ ਹੈ, ਜਿਹੜੇ ਐਕਸੀਡੈਂਟਲ ਪ੍ਰੈਗਨੈਂਟ ਲੇਡੀਜ਼ ਉਹਨਾਂ ਦੇ ਕੰਮ ਆਉਂਦਾ ਹੈ। ਇਹ ਦੇਣ 'ਚ ਤੁਹਾਨੂੰ ਕੋਈ ਨੁਕਸਾਨ ਨਹੀਂ ਹੈ, ਇਹਦੇ ਨਾਲ ਫਾਇਦੇ ਹੀ ਨੇ। ਅਗਰ ਖੂਨ ਤੁਸੀਂ ਦਿੰਦੇ ਹੋ ਤਾਂ ਤੁਹਾਡੀ ਐਨਰਜੀ ਤੁਹਾਨੂੰ ਵੱਧਦੀ ਹੈ, ਇਹ ਸਾਰੀ ਅਵੇਅਰਨੈਸ। ਉਹਦੇ ਬਾਅਦ ਸਾਡੇ ਜਿਹੜੇ ਆਸ ਪਾਸ ਦੇ ਪਿੰਡਾਂ ਦੇ ਬੱਚੇ ਦਿੰਦੇ ਨੇ ਉਹ ਫਿਰ ਸਾਰੇ ਸਾਲ ਕਿਤੇ ਨਾ ਕਿਤੇ ਕਿਸੇ ਵੀ ਜ਼ਰੂਰਤ ਹੋਏ ਤਾਂ ਉਹਨਾਂ ਦਾ ਅੱਗੇ ਇਹਦੇ ਲਈ ਐਕਸਟਰਾ ਬੋਟਲ ਲੈ ਸਕਦੇ ਨੇ, ਇਹਦੀ ਜਗ੍ਹਾ ਇਹ ਫਾਇਦਾ ਉਹਨਾਂ ਨੂੰ ਪੜਾ ਗਿਆ। ਜ਼ਬਰਦਸਤੀ ਖੋਲੇ, ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਨਾ ਕਰੋ, ਵੈਰਾਗ ਕਿਉਂ ਕਰਦੇ ਹੋ? ਉਹ ਤੁਹਾਡੀ ਭੇਟਾ ਦੀ ਉਦੋਂ ਹੀ ਪ੍ਰਵਾਨ ਹੋ ਗਈ ਸੀ ਉਹ ਜਦੋਂ ਘਰੋਂ ਲੈ ਕੇ ਤੁਰੇ ਸੀ, ਓਏ ਆਪ ਜੀ ਦੀ ਭੇਟਾ ਪ੍ਰਵਾਨ, ਓਏ ਇੰਨਾ ਵੈਰਾਗ ਨਾ ਕਰੋ। ਸੱਚੇ ਪਾਤਸ਼ਾਹ
ਸਾਡੇ ਨਾਲ ਬੜੀ ਬਾਤੀ ਕੀਤੀ ਹੈ ਪੱਟੀ ਦੇ ਹੁਕਮਰਾਨ ਨੇ ਇਸੇ ਮੌਕੇ ਤੱਕ ਵੀ ਤੋਂ ਔਰ ਉਹਨਾਂ 52 ਰਾਜਿਆਂ ਨੂੰ ਵੀ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਇਸ ਪਾਵਨ ਸਥਾਨ ਤੋਂ ਉਹਨਾਂ ਦਾ ਦਾਤਾ ਪਤੀ ਜੋੜ ਤੋਂ ਮੈਂ ਬੇਨਤੀ ਕਰਾਂ ਆਪ ਜੀ ਨੂੰ ਬਹੁਤ ਅੱਛਾ ਇਹਦਾ ਇਤਿਹਾਸ ਬਾਰੇ ਪਤਾ ਹੋਵੇ ਕਿ ਜਿੰਨੇ ਵੀ ਇਤਿਹਾਸਕ ਸਥਾਨ ਸਨ ਪੰਜਾਬ ਦੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਸਾਰੀ ਮਾਇਆ ਭੇਟ ਕੀਤੀ ਜ਼ਮੀਨ ਜਾਇਦਾਦ ਭੇਟ ਕੀਤੀ ਇਤਿਹਾਸਕ ਸਥਾਨ ਬਣਵਾਏ ਬੜਾ ਕੁਝ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਔਰ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰ ਸਥਾਨ ਦੀ ਕਣਕੀ ਬਣਾ ਲਈ ਬਹੁਤ ਸਾਰੀ ਜ਼ਮੀਨ ਜਾਇਦਾਦ ਗੁਰੂ ਘਰ ਦੇ ਨਾਮ ਲਵਾ ਦਿੱਤੀ ਪਰ ਤੁਹਾਨੂੰ ਪਤਾ ਹੈ ਸਮਾਂ ਆਉਣ ਤੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਗਿਆ ਰਾਜ ਜਾਣ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਤੁਸੀਂ ਹੈਰਾਨ ਹੋਵੋਗੇ ਜੇ ਮੈਂ ਤੁਹਾਨੂੰ ਗੱਲ ਦੱਸਾਂ ਸਾਡੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਸਾਡੇ ਪੰਜਾਬ ਵਿੱਚ ਪਾਕਿਸਤਾਨ ਵਾਲਾ ਪੰਜਾਬ ਵੀ ਇੱਥੋਂ ਵਾਲਾ ਪੰਜਾਬ ਵੀ ਤੁਸੀਂ Oh.
Bye.